ਡਾਕਟਰ ਰੱਬ ਦਾ ਰੂਪ ਹੈ ਹੈਨਾ ਅੱਜ ਦੇ ਟਾਈਮ ਦੇ ਵਿੱਚ ਡਾਕਟਰ ਰੱਬ ਦਾ ਰੂਪ ਨਹੀਂ ਹੈਗਾ ਜੀ ਠੀਕ ਹੈ ਉਹ ਕਹਿੰਦੇ ਵੀ ਗੱਲ ਇਹ ਕਿ ਵੀ ਬਚ ਕੇ ਚੱਲ ਦੋਸਤ ਲੂਟਣੇ ਦਾ ਦੌਰ ਚੱਲ ਰਹਾ ਹੈ ਕਹਿੰਦਾ ਦੂਸਰਾ ਪ੍ਰਭੂ ਕਾ ਹਿਲਾਣੇ ਵਾਲੇ ਲੋਕੋ ਕੇ ਅੰਦਰ ਆਜ ਕੱਲ ਕੁਛ ਔਰ ਚੱਲ ਰਹਾ ਹੈ ਜਦੋਂ ਥਾਇਰੋਇਡ ਚਾਹੇ ਮੁੰਡਿਆਂ ਦੇ ਵਿੱਚ ਜਾਂ ਕੁੜੀਆਂ ਦੇ ਵਿੱਚ ਸ਼ੁਰੂ ਹੁੰਦਾ ਹੈ ਤੇ ਉਹ ਲੱਛਣ ਕੀ ਹੁੰਦੇ ਨੇ ਸੰਕੇਤ ਕੀ ਹੁੰਦਾ ਸਰੀਰ ਕੀ ਸੰਕੇਤ ਦਿੰਦੇ ਸ਼ੁਰੂ ਕਰਦਾ ਸੰਕੇਤ ਸਾਰੇ ਦੇ ਵਿੱਚ ਦੇਖੋ ਜੀ ਕਈਆਂ ਨੂੰ ਸਾਹ ਚੜਨ ਲੱਗ ਜਾਂਦਾ ਹੈ ਕਈਆਂ ਨੂੰ ਮਠਾ ਮਠਾ ਵਕਰ ਰਹਿਦਾ ਸਰੀਰ ਟੁੱਟਦਾ ਜਾਂ ਕਈਆਂ ਦਾ weight ਜ਼ਿਆਦਾ ਵਧਣ ਲੱਗ ਜਾਂਦਾ ਜਾਂ ਕਈਆਂ ਦਾ ਘਟਣ ਲੱਗ ਜਾਂਦਾ ਇਹਦੇ ਵਿੱਚ ਮੇਨ ਵਸ ਇਹ ਹੀ ਤਿੰਨ ਚਾਰ ਕਾਰਨ ਨੇ ਕਈ ਲੇਡੀਜ਼ ਦੇ ਵਿੱਚ ਤੁਸੀਂ ਦੇਖਿਆ ਵੀ thyroid ਵਧਣ ਤੋਂ ਬਾਅਦ ਮਟਾਪਾ ਬਹੁਤ ਆਉਣ ਲੱਗ ਗਿਆ ਪਰ ਬਹੁਤ ਘੱਟ ਲੇਡੀਜ਼ ਦੇ ਵਿੱਚ ਇਹ ਹੁੰਦਾ ਵੀ thyroid ਵਧਣ ਦੇ ਨਾਲ ਸਰੀਰ ਜਾਂ ਘਟਣ ਦੇ ਨਾਲ ਸਰੀਰ ਸੁੱਕਣ ਲੱਗ ਗਿਆ ਥਾਇਰੋਇਡ ਦੀ ਜਿਹੜੀ ਸਮੱਸਿਆ ਜਦੋਂ ਤੁਹਾਡੇ ਪੇਟ ਦੇ ਵਿੱਚ ਗਰਮੀ ਪੈਣ ਲੱਗ ਗਈ ਜਾਂ ਐਸਿਡ ਬਣਨ ਲੱਗ ਗਿਆ ਜੀ ਵੀ ਹਾਂ ਥਾਇਰੋਇਡ ਵਧ ਗਿਆ ਜੀ ਥਾਇਰੋਇਡ ਦੇ ਨਾਲ ਤੁਹਾਨੂੰ ਪੀਸੀਓਡੀ ਹੋ ਗਈ ਜੀ ਹਨਾ ਥਾਇਰੋਇਡ ਵਧਣ ਦੇ ਨਾਲ ਤੁਹਾਡਾ ਜੀ ਸਰੀਰ ਖਰਾਬ ਹੋਣ ਲੱਗ ਗਿਆ ਜਾਂ ਮੈਂਸਿਸ ਲੇਡੀਜ਼ ਦੇ ਵਿੱਚ ਘੱਟ ਆਉਣ ਲੱਗ ਗਿਆ ਜਾਂ ਜ਼ਿਆਦਾ ਆਉਣ ਲੱਗ ਗਿਆ ਜਾਂ ਬਲੀਡਿੰਗ ਦੀ ਸਮੱਸਿਆ ਉਹ ਇਹ ਮਸਲਾ ਨਹੀਂ ਵੀ ਥਾਇਰੋਇਡ ਵਧਣ ਦੇ ਨਾਲ ਹੁੰਦਾ ਤੁਹਾਡੇ ਪੇਟ ਖਰਾਬ ਹੋਣ ਦੇ ਨਾਲ ਪੀਸੀਓਡੀ ਹੁੰਦੀ ਆ ਨਾ ਕਿ ਥਾਇਰੋਇਡ ਵਧਣ ਦੇ ਨਾਲ ਵੀ ਸਾਰੀ ਜ਼ਿੰਦਗੀ ਗੋਲੀ ਖਾਣ ਦੇ ਨਾਲ ਸਾਡਾ ਥਾਇਰੋਇਡ ਠੀਕ ਹੋ ਸਕਦਾ ਨਹੀਂ ਠੀਕ ਹੋ ਸਕਦਾ ਡਾਕਟਰ ਤੁਹਾਨੂੰ ਕਹਿੰਦਾ ਸਾਰੀ ਜ਼ਿੰਦਗੀ ਖਾਣੀ ਪਊਗੀ ਕੀ ਅਸੀਂ ਡਾਕਟਰ ਨੂੰ ਸਵਾਲ ਕਰਦੇ ਆਂ ਵੀ ਜੇ ਸਾਨੂੰ ਗੋਲੀ ਸਾਰੀ ਜ਼ਿੰਦਗੀ ਖਾਣੀ ਪਵੇ ਸਾਡਾ ਇਲਾਜ ਕਦੋਂ ਹੋਊਗਾ ਕਿਉਂਕਿ ਅਸੀਂ ਕਦੇ ਡਾਕਟਰ ਨੂੰ ਸਵਾਲ ਲੈ ਨਹੀਂ ਕਰਦੇ ਹੈਗੇ ਲੋਕ ਕਹਿੰਦੇ ਨੇ ਵੀ ਅੱਗੇ ਜਾ ਕੇ ਨਰਕਾ ਮੈਂ ਕਹਿੰਦਾ ਵੀ ਜਿਹੜਾ ਬੰਦਾ ਦਵਾਈਆਂ ਖਾਂਦਾ ਤੜਕੇ ਉੱਠ ਕੇ ਉਹਦੇ ਲਈ ਇੱਥੇ ਨਰਕ ਹੈ ਜਿਹੜਾ ਬੰਦਾ ਤੁਸੀਂ ਇਹ ਕਹਿ ਲਓ ਵੀ ਸਵੇਰੇ ਉੱਠ ਕੇ ਗੈਸ ਦਾ ਐਪਸੂ ਲੈ ਖਾ ਲੈਣਾ ਰੋਟੀ ਖਾਣ ਤੋਂ ਬਾਅਦ ਉਹਨੇ ਫਿਰ ਉਹਨੂੰ ਪਚਾਉਣ ਦੀ ਦਵਾਈ ਖਾਣੀ ਹੈ ਰਾਤ ਨੂੰ ਦਿਨ ਦੇ ਵਿੱਚ ਉਹਨੇ ਤੁਸੀਂ ਕਹਿ ਲੋ ਵੀ ਹੱਡਾਂ ਗੋਡਿਆਂ ਤੇ ਦਵਾਈਆਂ ਖਾਣੀਆਂ ਰਾਤ ਨੂੰ ਪੇਟ ਸਾਫ਼ ਕਰਨ ਦੀਆਂ ਸੌਣ ਤੋਂ ਪਹਿਲਾਂ ਤੁਸੀਂ ਗੋਲੀਆਂ ਖਾਣੀਆਂ ਨੀਂਦ ਲਿਆਉਣ ਵਾਸਤੇ ਤੁਸੀਂ ਨੀਂਦ ਦੀਆਂ ਗੋਲੀਆਂ ਖਾਣੀਆਂ ਯਾਰ ਐਸੀ ਤਾਂ ਲਹਨਤ ਭਰੀ ਜ਼ਿੰਦਗੀ ਔਰ ਨਰਕਾ ਹੋ ਉਹਨੂੰ ਆਪਾਂ ਜ਼ਿੰਦਗੀ ਨਹੀਂ ਕਹਾਵਾਂਗੇ ਔਰਤਾਂ ਦੇ ਨਾਲ ਨਾਲ ਹੁਣ ਤਾਂ ਜੀ ਥਾਇਰੋਇਡ ਦੀ ਸਮੱਸਿਆ ਹੈਗੀ ਹੈ ਜਿਹੜੀ ਉਹ ਬੰਦਿਆਂ ਨੂੰ ਵੀ ਆਉਣ ਲੱਗੀ ਮੁੰਡਿਆਂ ਨੂੰ ਵੀ ਆਉਣ ਲੱਗੀ ਜੀ ਲੇਡੀ ਦੇ ਵਿੱਚ ਸਭ ਤੋਂ ਵੱਧ ਫਾਈਬਰੋਇਡ ਦੀ ਸਮੱਸਿਆ ਆ ਪਾਣੀ ਵਾਲੀਆਂ ਥੈਲੀਆਂ ਬਣਦੀਆਂ ਆ ਉਹਦੇ ਕਰਕੇ ਬੱਚਾ ਨਹੀਂ ਹੋ ਰਿਹਾ ਔਰਤਾਂ ਦੇ ਉਹਦਾ ਮਸਲਾ ਇਹ ਥੋੜੀ ਆ 99% ਡਾਕਟਰ ਇਹ ਕਹਿੰਦੇ ਨੇ ਵੀ ਤੁਹਾਨੂੰ ਥਾਇਰੋਇਡ ਕਰਕੇ ਬੱਚਾ ਨਹੀਂ ਹੋ ਰਿਹਾ ਮੈਂ ਕਹਿੰਦਾ ਜੀ ਮੈਂ ਸ਼ਰਤ ਲਾ ਕੇ ਕਹਿੰਦਾ ਵੀ ਥਾਇਰੋਇਡ ਦਾ ਬੱਚਾ ਨਾ ਹੋਣ ਦੇ ਨਾਲ ਕੋਈ ਸਬੰਧ ਨਹੀਂ ਹੈ ਉਹ ਰਾਤ ਨੂੰ ਸੌਣ ਲੱਗੇ ਕੁਸੇ ਪਾਣੀ ਦੇ ਨਾਲ ਲੈਣੀ ਆ ਕਦੇ ਥਾਇਰੋਇਡ ਜ਼ਿੰਦਗੀ 'ਚ ਜਿਨ੍ਹਾਂ ਨੂੰ ਨਹੀਂ ਵੀ ਹੋਇਆ ਉਹ ਵੀ ਕਰਨਾ ਸ਼ੁਰੂ ਕਰ ਦਿਓ ਜਿਨ੍ਹਾਂ ਨੂੰ ਹੈਗਾ ਉਹ ਵੀ ਕਰਨਾ ਸ਼ੁਰੂ ਕਰ ਦੋ ਥਾਇਰੋਇਡ ਨਹੀਂ ਰਹੂਗਾ ਥਾਇਰੋਇਡ ਦਾ ਨਾਮੋ ਨਿਸ਼ਾਨ ਨਹੀਂ ਰਹੂਗਾ ਕੀ ਇਹਦੇ ਵਿੱਚ ਕੋਈ ਨੁਸਖਾ ਟੋਟਕਾ ਸਭ ਤੋਂ ਵੱਡਾ ਜਿਹੜਾ ਹੈਗਾ ਅਮਰਤ ਹੈ ਉਹ ਕਾਲੀਆਂ ਮਿਰਚਾਂ ਨੇ ਹੈ ਜੀ ਕਾਲੀਆਂ ਮਿਰਚਾਂ ਦੀ ਹੁਣ ਤੱਕ ਹਜ਼ਾਰਾਂ ਸਾਡੇ ਮਰੀਜ਼ ਆਪਣੀ ਕੁਰਸੀ ਤੇ ਬੈਠੇ ਆ ਹਜ਼ਾਰਾਂ ਮਰੀਜ਼ ਸਾਡੇ ਕਾਲੀਆਂ ਮਿਰਚਾਂ ਦੇ ਨਾਲ ਆਪਣਾ ਥਾਇਰੋਇਡ ਠੀਕ ਕਰ ਸੋਕੇ ਨੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇੰਨੇ ਦਿਨੀ ਅਲੱਗ-ਅਲੱਗ ਜੜੀਆਂ ਬਿਮਾਰੀਆਂ ਨੇ ਅਲੱਗ-ਅਲੱਗ ਰੋਗ ਨੇ ਉਹ ਬੰਦਿਆਂ ਨੂੰ ਹੋਣ ਚਾਹੇ ਫਿਰ ਔਰਤਾਂ ਨੂੰ ਹੋਣ ਜਾਂ ਫਿਰ ਸਾਡੀਆਂ ਬੱਚੀਆਂ ਨੂੰ ਹੋਣ ਉਹ ਇਸ ਤਰ੍ਹਾਂ ਦੀਆਂ ਬਿਮਾਰੀਆਂ ਇੱਕ ਰੋਗ ਹੈਗਾ ਅਨੇਕਾਂ ਰੋਗਾਂ ਅਸੀਂ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਸ਼ੂਗਰ ਜਿਹੜੀ ਉਹ ਹੋਰ ਰੋਗਾਂ ਦੀ ਮਾਂ ਹੈ اسی ਤਰੀਕੇ ਨਾਲ ਇਸ ਵੇਲੇ ਚਾਹੇ ਬੱਚੀਆਂ ਹੋਣ ਚਾਹੇ ਸਾਡੀਆਂ ਮਾਵਾਂ ਹੋਣ ਜਾਂ ਫਿਰ ਅਸੀਂ ਕਹਿ ਲਈਏ ਕਿ ਬੰਦੇ ਹੋਣ ਉਹਨਾਂ ਵਿੱਚ ਥਾਇਰੋਇਡ ਦੀ ਜਿਹੜੀ ਸਮੱਸਿਆ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਥਾਇਰੋਇਡ ਕਰਕੇ ਇਸ ਵੇਲੇ ਆ ਰਹੀਆਂ ਨੇ ਪਰ ਜਿਹੜੇ ਪੰਜਾਬ ਦੇ ਯੰਗੇਸਟ ਵੈਦ ਨੇ ਡਾਕਟਰ ਜਗਰੂਪ ਸਿੰਘ ਪੰਗੂ ਉਹਰਾ ਦਾ ਜਿਹੜਾ ਥਾਇਰੋਇਡ ਦੇ ਉੱਤੇ ਇੱਕ ਬੜਾ ਹੀ ਅਲੱਗ ਕਨਸੈਪਟ ਹੈ ਬੜੀ ਹੀ ਅਲੱਗ ਸਮਝ ਐ ਔਰ ਬੜਾ ਹੀ ਉਹਨਾਂ ਦਾ ਕਹਿਣਾ ਹੈ ਕਿ ਇਹ ਆਸਾਨ ਜਿਹਾ ਬੜਾ ਘਰੇਲੂ ਜਿਹਾ ਇਲਾਜ ਹੈ ਇਸ ਚੀਜ਼ ਦਾ ਜਿਹੜਾ ਉਹ ਸੰਭਵ ਹੈ ਕੀ ਇਲਾਜ ਹੈ ਕਿਵੇਂ ਹੁੰਦਾ ਹੈ ਕਿਸ ਤਰੀਕੇ ਨਾਲ ਇਹਨੂੰ ਰੋਕਿਆ ਜਾ ਸਕਦਾ ਹੈ ਇਹਨਾਂ ਸਾਰੇ ਵਿਸ਼ਿਆਂ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ ਵੀਡੀਓ ਨੂੰ ਬਿਨਾ ਸਕਿਪ ਕੀਤੇ ਪੂਰੀ ਜਾਣਕਾਰੀ ਲੈਣ ਵਾਸਤੇ ਅਸੀਂ ਪਹਿਲਾਂ ਗੱਲਬਾਤ ਕਰ ਲੈਂਦੇ ਆ ਪਹਿਲਾਂ ਸਵਾਗਤ ਕਰ ਲੈਂਦੇ ਆ ਬੜਾ ਕੀਮਤੀ ਸਮਾਂ ਹੁੰਦਾ ਹੈ ਡਾਕਟਰ ਸਾਹਿਬ ਦਾ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ। ਬਹੁਤ ਧੰਨਵਾਦ ਤੁਹਾਡਾ ਸਾਡੇ ਕੋਲ ਪਹੁੰਚਣ ਤੇ ਜੀ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੈ ਇਸ ਵੇਲੇ ਚਾਹੇ ਬੰਦੇ ਹੋਣ ਚਾਹੇ ਜਨਾਨੀਆਂ ਹੋਣ ਜਾਂ ਫਿਰ ਛੋਟੀਆਂ ਬੱਚੀਆਂ ਜਾਂ ਘੱਟ ਉਮਰ ਦੀਆਂ ਕੁੜੀਆਂ ਹੋਣ ਥਾਇਰੋਇਡ ਦੀ ਸਮੱਸਿਆ ਹਰੇਕ ਨੂੰ ਡਰਾ ਰਹੀ ਹੈ। ਜੀ ਦੇਖੋ ਤੁਸੀਂ ਇਹ ਦੇਖੋ ਵੀ ਥਾਇਰੋਇਡ ਦੀ ਸਮੱਸਿਆ ਔਰਤਾਂ ਦੇ ਵਿੱਚ ਹੀ ਵੱਧ ਕਿਉਂ ਹੁੰਦੀ ਹੈ? ਇਹ ਮੇਨ ਵਿਸ਼ਾ ਇਹ ਹੈ ਥਾਇਰੋਇਡ ਦੇ ਦੇਖਾ ਜਿਹੜਾ ਸਮੱਸਿਆ ਹੈ ਜੀ ਔਰਤਾਂ ਦੇ ਵਿੱਚ ਵੱਧ ਹੋਣ ਦਾ ਕਾਰਨ ਕੀ ਹੈ ਕਿਉਂਕਿ ਔਰਤਾਂ ਨੂੰ ਸਭ ਤੋਂ ਵੱਧ ਚਟਪਟਾ ਖਾਣ ਦਾ ਪਸੰਦ ਹੁੰਦਾ ਹੈ ਤੇ ਆਦਤ ਹੁੰਦੀ ਹੈ ਤੁਸੀਂ ਆਮ ਦੇਖਿਆ ਸ਼ਾਮ ਦੇ ਵਿੱਚ ਤੁਸੀਂ ਬਾਜ਼ਾਰ ਦੇ ਵਿੱਚ ਚਲੇ ਜਾਓ ਸਭ ਤੋਂ ਵੱਧ ਰੇੜੀਆਂ ਦੇ ਉੱਤੇ ਭੀੜ ਹੈਗੀ ਹੈ ਜਿਹੜੀਆਂ ਔਰਤਾਂ ਜਾਂ ਨੌਜਵਾਨ ਕੁੜੀਆਂ ਦੀ ਹੁੰਦੀ ਹੈ ਜਿੰਨਾ ਔਰਤਾਂ ਨੌਜਵਾਨ ਜਾਂ ਕੁੜੀਆਂ ਚਟਪਟਾ ਜ਼ਿਆਦਾ ਖਾਣਗੀਆਂ ਉਹਨਾਂ ਥੈਰੜ ਦੀ ਸਮੱਸਿਆ ਜ਼ਿਆਦਾ ਵੱਧਦੀ ਹੈ ਕਿਉਂ ਵੱਧਦੀ ਹੈ ਥਾਇਰਾਇਡ ਦੀ ਜਿਹੜੀ ਸਮੱਸਿਆ ਜਦੋਂ ਤੁਹਾਡੇ ਪੇਟ ਦੇ ਵਿੱਚ ਗਰਮੀ ਪੈਣ ਲੱਗ ਗਈ ਜਾਂ ਐਸਿਡ ਬਣਨ ਲੱਗ ਗਿਆ ਠੀਕ ਹੈ ਜੀ ਉਦੋਂ ਥਾਇਰਾਇਡ ਦੀ ਸਮੱਸਿਆ ਵਧਣੀ ਹੈ ਜਿਹਨੂੰ ਕਹੈ ਲੋ ਵੀ ਆ ਜਿਆਦਾ ਪਿੱਤ ਵੱਧ ਗਿਆ ਜੀ ਪਿੱਤ ਸਾਡੇ ਅੰਦਰ ਫਿਰ ਖੁਸ਼ਕੀ ਬਹੁਤ ਕਰ ਦਿੰਦਾ ਹੈ ਪਿੱਤ ਕੀ ਹੁੰਦਾ ਜੀ ਪਿੱਤ ਪੇਟ ਦੀ ਗਰਮੀ ਜੀ ਹੈਨਾ ਪੇਟ ਦੀ ਗਰਮੀ ਜਦੋਂ ਜਿਆਦਾ ਨੁਕਸਾਨ ਤੁਹਾਨੂੰ ਦੇਣ ਲੱਗੀ ਤੁਹਾਡੇ ਐਸਿਡ ਨੇ ਉੱਪਰ ਵੱਲ ਗਤੀ ਕਰਨੀ ਸ਼ੁਰੂ ਕਰ ਦੇਣਾ ਸਭ ਤੋਂ ਵੱਧ ਜਿਹੜਾ ਐਸਿਡ ਆ ਤੁਹਾਡੇ ਉਹ ਥਾਇਰਾਇਡ ਗਲੈਂਡ ਨੂੰ ਜਿਹੜਾ ਇਫੈਕਟ ਕਰਦਾ ਉਹਨੂੰ ਡਿਸਟਰਬ ਕਰਦਾ ਉਹਨੂੰ ਡਿਸਬੈਲੈਂਸ ਕਰ ਦਿੰਦਾ ਜਦੋਂ ਤੁਹਾਡਾ ਥਾਇਰੋਇਡ ਗਲੈਂਡ ਆ ਜਿਹੜਾ ਡਿਸਬੈਲੈਂਸ ਹੋ ਗਿਆ ਜੀ ਉਹਨੇ ਵਧਣਾ ਸ਼ੁਰੂ ਹੋ ਜਾਣਾ ਜਾਂ ਉਹਨੇ ਕਈ ਕਹ ਦਿੰਦੇ ਆ ਵੀ ਥਾਇਰੋਇਡ ਸਾਡਾ ਘਟਣਾ ਸ਼ੁਰੂ ਹੋ ਗਿਆ ਘਟਣਾ ਵੀ ਹੁੰਦਾ ਜੀ ਹਾਂਜੀ ਇੱਕ ਹਾਈਪਰ ਹੋ ਗਿਆ ਮਾਡਰਨ ਸਾਇੰਸ ਦੇ ਵਿੱਚ ਕਹਿ ਲੋ ਇੱਕ ਹਾਈਪੋ ਹੋ ਗਿਆ ਹਨਾ ਕਈ ਲੇਡੀਜ਼ ਦੇ ਵਿੱਚ ਤੁਸੀਂ ਦੇਖਿਆ ਵੀ ਥਾਇਰੋਇਡ ਵਧਣ ਤੋਂ ਬਾਅਦ ਮਟਾਪਾ ਬਹੁਤ ਆਉਣ ਲੱਗ ਗਿਆ ਪਰ ਬਹੁਤ ਘੱਟ ਲੇਡੀਜ਼ ਦੇ ਵਿੱਚ ਇਹ ਹੁੰਦਾ ਵੀ ਥਾਇਰੋਇਡ ਵਧਣ ਦੇ ਨਾਲ ਸਰੀਰ ਜਾਂ ਘਟਣ ਦੇ ਨਾਲ ਸਰੀਰ ਸੁੱਕਣ ਲੱਗ ਗਿਆ ਤੁਸੀਂ ਆਮ ਦੇਖਦੇ ਹੋ ਠੀਕ ਹੈ ਜੀ ਪਰ ਉਹ ਵਾਧਾ ਕੀ ਆ ਵਾਧਾ ਕਿਉਂ ਆ ਤੁਹਾਡਾ ਇਮਿਊਨ ਸਿਸਟਮ ਖਰਾਬ ਹੋਣ ਦੇ ਨਾਲ ਤੁਸੀਂ ਦੇਖੋ ਵੀ ਡਾਕਟਰ ਤੁਹਾਨੂੰ ਕਹਿ ਦਿੰਦੇ ਨੇ ਜੀ ਵੀ ਹਾਂ ਥਾਇਰਾਇਡ ਵਧ ਗਿਆ ਜੀ ਥਾਇਰਾਇਡ ਦੇ ਨਾਲ ਤੁਹਾਨੂੰ ਪੀਸੀਓਡੀ ਹੋ ਗਈ ਜੀ ਹਨਾ ਥਾਇਰਾਇਡ ਵਧਣ ਦੇ ਨਾਲ ਤੁਹਾਡਾ ਜੀ ਸਰੀਰ ਖਰਾਬ ਹੋਣ ਲੱਗ ਗਿਆ ਜਾਂ ਮੈਂਸਸ ਲੇਡੀਜ਼ ਦੇ ਵਿੱਚ ਘਟ ਆਉਣ ਲੱਗ ਗਿਆ ਜਾਂ ਜ਼ਿਆਦਾ ਆਉਣ ਲੱਗ ਗਿਆ ਜਾਂ ਬਲੀਡਿੰਗ ਦੀ ਸਮੱਸਿਆ ਉਹ ਇਹ ਮਸਲਾ ਨਹੀਂ ਵੀ ਥਾਇਰਾਇਡ ਵਧਣ ਦੇ ਨਾਲ ਹੁੰਦਾ ਹੈ ਤੋਡੇ ਪੇਟ ਖਰਾਬ ਹੋਣ ਦੇ ਨਾਲ ਪੀਸੀਓਡੀ ਹੁੰਦੀ ਆ ਨਾ ਕਿ ਥਾਇਰੋਇਡ ਵਧਣ ਦੇ ਨਾਲ ਹੁਣ ਤੁਸੀਂ ਤੜਕੇ ਉੱਠ ਕੇ ਇੱਕ ਗੋਲੀ ਖਾਣੇ ਹੋ ਤੁਹਾਨੂੰ ਡਾਕਟਰ ਕਹਿ ਦਿੰਦਾ ਵੀ ਸਾਰੀ ਜ਼ਿੰਦਗੀ ਖਾਣੀ ਪਊਗੀ ਕੀ ਤੁਸੀਂ ਡਾਕਟਰ ਨੂੰ ਕਦੇ ਸਵਾਲ ਕਰਦੇ ਹੋ ਵੀ ਸਾਰੀ ਜ਼ਿੰਦਗੀ ਗੋਲੀ ਖਾਣ ਦੇ ਨਾਲ ਸਾਡਾ ਥਾਇਰੋਇਡ ਠੀਕ ਹੋ ਸਕਦਾ ਨਹੀਂ ਠੀਕ ਹੋ ਸਕਦਾ ਡਾਕਟਰ ਤੁਹਾਨੂੰ ਕਹਿੰਦਾ ਸਾਰੀ ਜ਼ਿੰਦਗੀ ਖਾਣੀ ਪਊਗੀ ਕੀ ਅਸੀਂ ਡਾਕਟਰ ਨੂੰ ਸਵਾਲ ਕਰਦੇ ਹਾਂ ਵੀ ਜੇ ਸਾਨੂੰ ਗੋਲੀ ਸਾਰੀ ਜ਼ਿੰਦਗੀ ਖਾਣੀ ਪਵੇ ਸਾਡਾ ਇਲਾਜ ਕਦੋਂ ਹੋਊਗਾ ਕਿਉਂਕਿ ਅਸੀਂ ਕਦੇ ਡਾਕਟਰ ਨੂੰ ਸਵਾਲ ਲੈ ਨਹੀਂ ਕਰਦੇ ਹੈਗੇ ਅਸੀਂ ਇੱਕ ਬਸ ਉਹ ਪਰਚੀ ਲਿਖ ਕੇ ਦੇ ਦਿੰਦੇ ਦੰਨੇ ਅਸੀਂ ਬੁੱਝਜੇ ਬਣ ਕੇ ਮਾਉਂਜੇ ਬਣ ਕੇ ਮੈਡੀਕਲ ਸਟੋਰ ਤੋਂ ਉਹ ਇੱਕ ਸ਼ੀਸ਼ੀ ਲੈ ਕੇ ਡੇਲੀ ਖਾਣੀ ਸ਼ੁਰੂ ਕਰ ਦੰਨੇ ਆ ਅੱਜ ਅਸੀਂ 25mg 50mg ਦੀ ਸ਼ੁਰੂ ਕੀਤੀ ਉਹ 2 ਸਾਲ ਬਾਅਦ ਸਾਡੀ 150mg ਤੇ ਚੱਲੇ ਜਾਂਦੀ ਹੈ ਜਿਵੇਂ ਅੱਜ ਕਿਸਾਨ ਖੇਤਾਂ ਦੇ ਵਿੱਚ ਕਿਸੇ ਟਾਈਮ ਅੱਜ ਤੋਂ 30 ਸਾਲ ਪਹਿਲਾਂ ਯੂਰੀਆ ਦਾ ਅੱਧਾ ਥੈਲਾ ਪਾਉਂਦਾ ਸੀ ਠੀਕ ਹੈ ਜੀ ਅੱਜ ਉਹੀ ਡੋਜ਼ ਉਹਦੀ ਦੋ ਥੈਲੀਆਂ ਤੇ ਆ ਗਈ ਕੀ ਉਹ ਸਾਡਾ ਸਰੀਰ ਠੀਕ ਹੋ ਰਿਹਾ ਅਸੀਂ ਤਾਂ ਉਸ ਚੀਜ਼ ਨੂੰ ਬੰਜਰ ਬਣਾ ਰਹੇ ਆ ਆਪਣੇ ਸਰੀਰ ਨੂੰ ਦਿਨ ਪਰ ਦਿਨ ਬੰਜਰ ਬਣਾ ਰਹੇ ਆ ਗੋਲੀਆਂ ਖਾ ਕੇ ਬੰਜਰ ਬਣਾ ਰਹੇ ਆ ਥਾਇਰੋਇਡ ਦੀ ਸਰ ਗੋਲੀਆਂ ਖਾ ਕੇ ਦਿਨ ਪਰ ਦਿਨ ਬੰਜਰ ਬਣੇ ਰਿਹਾ ਜੀ ਤੁਸੀਂ ਇੱਕ ਖਾਲੀ ਪੇਟ ਉੱਠ ਕੇ ਕੈਮੀਕਲ ਖਾਓਗੇ ਠੀਕ ਹੈ ਜੀ ਕੋਈ ਸ਼ੁੱਧ ਚੀਜ਼ ਤਾਂ ਹੈ ਨਹੀਂ ਕੋਈ ਨੇਚਰਲ ਚੀਜ਼ ਤਾਂ ਹੈ ਨਹੀਂ ਉਹ ਉਲਟ ਤੁਹਾਡਾ ਡਾਕਟਰ ਤੁਹਾਨੂੰ ਕਹਿ ਰਿਹਾ ਸ਼ਰਿਆਮ ਕਹਿ ਰਿਹਾ ਵੀ ਇਹਦੇ ਨਾਲ ਇਲਾਜ ਨਹੀਂ ਕੋਈ ਤੁਹਾਨੂੰ ਖਾਣੀ ਪੈਣੀ ਆ ਜੀ ਤੁਸੀਂ ਆਪਣੇ ਡਾਕਟਰ ਨੂੰ ਕਦੇ ਵੀ ਸਵਾਲ ਨਹੀਂ ਕਰਦੇ ਇਹ ਵੀ ਇਹਦਾ ਇਲਾਜ ਦੱਸੋ ਕਿਉਂਕਿ ਡਾਕਟਰ ਤੁਹਾਨੂੰ ਅੱਗੋਂ ਜੇ ਸਵਾਲ ਵੀ ਕਰਦੇ ਹੋ ਤਾਂ ਡਾਕਟਰ ਤੁਹਾਨੂੰ ਅੱਗੋਂ ਕੀ ਕਹਿੰਦਾ ਇਹਦਾ ਜੀ ਕੋਈ ਇਲਾਜ ਨਹੀਂ ਯਾਰ ਫਿਰ ਡਾਕਟਰ ਖਲਾ ਕਿਸ ਚੀਜ਼ ਦੀ ਦਵਾਈ ਰਿਹਾ ਤੁਹਾਨੂੰ ਕਦੇ ਤੁਸੀਂ ਸੋਚਿਆ ਵੀ ਆਪਣੇ ਅਸੀਂ ਸਰੀਰ ਨੂੰ ਦੇਖ ਹੀ ਰਹੇ ਹਾਂ ਜਦੋਂ ਕੋਈ ਉਸ ਚੀਜ਼ ਦਾ ਇਲਾਜੇ ਨਹੀਂ ਤੁਸੀਂ ਯਾਰ ਸਰੀਰ ਨੂੰ ਸਵੇਰੇ ਉੱਠ ਕੇ ਕੀ ਆ ਯਾਰ ਉਹਨੂੰ ੱੱਕੇ ਨਾਲ ਤੁਸੀਂ ਤੋੜ ਰਹੇ ਹੋ ਉਹਨੂੰ ੱੱਕਾ ਕਰ ਰਹੇ ਹੋ ਇਹ ਜ਼ਿੰਦਗੀ ਨੂੰ ਸੰਭਣ ਦੀ ਗੱਲ ਥੋੜੀ ਹੈ ਕੁਦਰਤ ਨੇ ਇੰਨਾ ਵਧੀਆ ਪਵਿੱਤਰ ਸਰੀਰ ਬਖਸ਼ਿਆ ਜਦੋਂ ਤੁਸੀਂ ਆਪਣੇ ਸਰੀਰ ਨਾਲ ਆਪਣੀ ਰੂਹ ਨਾਲ ਮੁਹੱਬਤ ਨਹੀਂ ਕਰਦੇ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਨਹੀਂ ਰੱਖ ਸਕਦੇ ਠੀਕ ਹੈ ਜੀ ਜੇ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਮੈਂ ਤੁਹਾਨੂੰ ਦੱਸਦਾ ਕਈ ਵਾਰੀ ਮੈਨੂੰ ਵੀ ਦੁੱਖ ਲੱਗਦਾ ਵੀ ਹਾਂ ਯਾਰ ਅਸੀਂ ਸਵੇਰ ਤੋਂ ਸ਼ਾਮ ਤੱਕ ਮਰੀਜ਼ਾਂ ਨੂੰ ਇੰਨੀ ਵਧੀਆ ਸਲਾਹ ਦਿੰਨੇ ਆ ਇਮਾਨਦਾਰੀ ਨਾਲ ਸਲਾਹ ਦਿੰਨੇ ਆ ਬੰਦਾ ਅੱਗੋਂ ਕਹਿ ਜਾਂਦਾ ਨਾ ਵੀ ਨਾ ਯਾਰੇ ਤਾਂ ਪਾਗਲ ਐ ਇਹਨੂੰ ਕੀ ਪਤਾ ਐ ਉੱਥੇ ਆ ਕੇ ਦੁੱਖ ਲੱਗਦਾ ਯਾਰ ਅਸੀਂ ਕਿੱਦਾਂ ਦੇ ਸਮਾਜ ਦੇ ਵਿੱਚ ਰਹਿੰਦੇ ਆ ਵੀ ਅਸੀਂ ਇੰਨੀ ਵਧੀਆ ਸਲਾਹ ਦੇ ਰਹੇ ਆ ਵੀ ਲੋਕੋ ਦੁਨੀਆ ਤੁਸੀਂ ਗੋਲੀਆਂ ਤੋਂ ਬਚੋ ਗੋਲੀਆਂ ਤੋਂ ਬਚੋ ਆਪਣੇ ਸਰੀਰ ਨੂੰ ਕੁਦਰਤੀ ਤਰੀਕਿਆਂ ਨਾਲ ਠੀਕ ਕਰੋ ਤੁਹਾਨੂੰ ਗੋਲੀਆਂ ਨਾਲ ਠੀਕ ਨਹੀਂ ਕਰਨਾ ਆਯੁਰਵੇਦਾ ਦੇ ਵਿੱਚ ਅਸੀਂ 15 ਤੋਂ 20 ਦਿਨ ਦੇ ਵਿੱਚ ਥਾਇਰੋਇਡ ਦੀ ਗੋਲੀ ਬੰਦ ਕਰਾਉਂਦੇ ਆ ਕੋਈ ਹੋਰ ਪੈਥੀ ਦੇ ਵਿੱਚ ਕਰਾ ਕੇ ਦਿਖਾਵੇ ਕਿਉਂ ਕਿਉਂਕਿ ਉਹਨਾਂ ਦੇ ਅੰਦਰ ਬੇਈਮਾਨੀ ਹੈ ਇੱਕ ਤਰ੍ਹਾਂ ਦੀ ਜਦੋਂ ਤੁਹਾਨੂੰ ਡਾਕਟਰ ਨੇ ਤੁਹਾਡੀਆਂ ਗੋਲੀਆਂ ਬੰਦ ਕਰਾਤੀਆਂ ਉਹਨਾਂ ਦਾ ਤੁਸੀਂ ਉਹਨਾਂ ਲਈ ਤੁਸੀਂ ਗਾਹਕ ਹੋ ਠੀਕ ਹੈ ਜੀ ਡਾਕਟਰ ਲਈ ਤੁਸੀਂ ਗਾਹਕੋਂ ਜੇ ਤੁਹਾਡੀਆਂ ਉਹਨਾਂ ਨੇ ਗੋਲੀਆਂ ਬੰਦ ਕਰਾਤੀਆਂ ਤਾਂ ਤੁਹਾਡੇ ਉਹਨਾਂ ਦਾ ਗਾਹ ਖਰਾਬ ਹੋ ਗਿਆ ਉਹਨਾਂ ਦੇ ਹਸਪੀਟਲ ਦੇ ਵਿੱਚ ਭੀੜ ਲੱਗਣੀ ਬੰਦ ਹੋ ਜਾਣੀ ਹੈ ਜਦੋਂ ਤੁਸੀਂ ਤੰਦਰੁਸਤ ਹੋ ਗਏ ਉਹਨਾਂ ਦੇ ਕੋਲ ਕੌਣ ਜਾਊਗਾ ਸਾਡੀ ਪੈਥੀ ਪਰ ਉਲਟਾ ਸਾਡੀ ਪੈਥੀ ਕਹਿੰਦੀ ਹੈ ਵੀ ਤੁਸੀਂ ਇਹਨੂੰ ਕੁਝ ਸਮਾਂ ਵਰਤੋ ਇਸ ਨੁਕਤੇ ਨੂੰ ਕੁਝ ਸਮਾਂ ਵਰਤੋ ਤੇ ਅਸੀਂ ਤੁਹਾਨੂੰ ਪੱਕੇ ਤੌਰ ਤੇ ਠੀਕ ਕਰਦੇ ਹਾਂ ਇਹ ਨਹੀਂ ਹੈਗਾ ਵੀ ਤੁਸੀਂ ਪੂਰੀ ਜ਼ਿੰਦਗੀ ਗੋਲੀਆਂ ਖਾ ਕੇ ਆਪਣੇ ਸਰੀਰ ਨੂੰ ਰੋਗਾਂ ਦਾ ਕਰਜ਼ਾਈ ਬਣਾਈ ਜਾਓ ਉਹ ਅਸਲ ਦੇ ਵਿੱਚ ਉਹ ਜ਼ਿੰਦਗੀ ਨਹੀਂ ਹੈਗੀ ਉਹ ਇੱਕ ਨਰਕ ਭੋਗਣ ਵਾਲਾ ਕੰਮ ਹੈ ਲੋਕ ਕਹਿ ਦਿੰਦੇ ਆ ਵੀ ਅੱਗੇ ਜਾ ਕੇ ਨਰਕਾ ਮੈਂ ਕਹਿੰਦਾ ਵੀ ਜਿਹੜਾ ਬੰਦਾ ਦਵਾਈਆਂ ਖਾਂਦਾ ਤੜਕੇ ਉੱਠ ਕੇ ਉਹਦੇ ਲਈ ਇੱਥੇ ਨਰਕਾ ਜਿਹੜਾ ਬੰਦਾ ਤੁਸੀਂ ਇਹ ਕਹਿ ਲੋ ਵੀ ਸਵੇਰੇ ਉੱਠ ਕੇ ਗੈਸ ਦਾ ਕੈਪਸੂਲ ਖਾ ਲੈਣਾ ਰੋਟੀ ਖਾਣ ਤੋਂ ਬਾਅਦ ਉਹਨੇ ਫਿਰ ਉਹਨੂੰ ਪਚਾਉਣ ਦੀ ਦਵਾਈ ਖਾਣੀ ਹੈ ਰਾਤ ਨੂੰ ਦਿਨ ਦੇ ਵਿੱਚ ਉਹਨੇ ਤੁਸੀਂ ਕਹਿ ਲਓ ਵੀ ਹੱਡਾਂ ਗੋਡਿਆਂ ਤੇ ਦਵਾਈਆਂ ਖਾਣੀਆਂ ਰਾਤ ਨੂੰ ਪੇਟ ਸਾਫ਼ ਕਰਨ ਦੀਆਂ ਸੌਣ ਤੋਂ ਪਹਿਲਾਂ ਤੁਸੀਂ ਗੋਲੀਆਂ ਖਾਣੀਆਂ ਨੀਂਦ ਲਿਆਉਣ ਵਾਸਤੇ ਤੁਸੀਂ ਨੀਂਦ ਦੀਆਂ ਗੋਲੀਆਂ ਖਾਣੀਆਂ ਯਾਰ ਐਸੀ ਤਾਂ ਲਹਨਤ ਭਰੀ ਜ਼ਿੰਦਗੀ ਔਰ ਨਰਕਾ ਹੋ ਉਹਨੂੰ ਆਪਾਂ ਜ਼ਿੰਦਗੀ ਨਹੀਂ ਕਹਾਵਾਂਗੇ ਗੋਲੀਆਂ ਖਾਣ ਨਾਲ ਵੈਜ ਫਿਰ ਗੋਲੀਆਂ ਤਾਂ ਜਦੋਂ ਅਸੀਂ ਤਜਾਬ ਦਾ ਕੈਪਸੂਲ ਖਾ ਲਿਆ ਤਾਂ ਚੰਗਾ ਹੀ ਹੁੰਦਾ ਜੀ ਜੀ ਕੌਣ ਕਹਿੰਦਾ ਕਿੱਥੇ ਲਿਖਿਆ ਲੋਕਾਂ ਨੂੰ 20-20 ਸਾਲ ਹੋ ਗਏ ਤਜਾਬ ਦੇ ਕੈਪਸੂਲ ਖਾਂਦਿਆਂ ਨੂੰ ਕਿਸੇ ਦਾ ਅੱਜ ਤੱਕ ਬੰਦ ਹੋਇਆ ਚੰਗੀ ਤਾਂ ਉਹ ਚੀਜ਼ ਹੈ ਵੀ ਜਿਹ ਦੋ ਮਹੀਨੇ ਖਾ ਕੇ ਸਾਡਾ ਇਲਾਜ ਹੋ ਗਿਆ ਹੁਣ ਮੰਨ ਲਓ ਥਾਇਰੋਇਡ ਦੀ ਗੋਲੀ ਹੈ ਠੀਕ ਹੈ ਤੁਸੀਂ ਮਹੀਨਾ ਖਾਓ ਦੋ ਮਹੀਨੇ ਤਿੰਨ ਮਹੀਨੇ ਖਾਓ ਤੁਹਾਡਾ ਇਲਾਜ ਹੋ ਗਿਆ ਉਹਨੂੰ ਇਲਾਜ ਕਹਾਂਗੇ ਜਿਹੜਾ ਤੁਸੀਂ ਪੂਰੀ ਜ਼ਿੰਦਗੀ ਜਾਂ ਸਾਲ-ਸਾਲ ਪੰਜ-ਪੰਜ ਸਾਲ ਤੋਂ ਖਾ ਰਹੇ ਹੋ ਉਹਨੂੰ ਨਸ਼ਾ ਕਹਿੰਦੇ ਆ ਉਹ ਇਲਾਜ ਨਹੀਂ ਉਹ ਇੱਕ ਡਰੱਗ ਹੈ ਤੋਡੇ ਸਰੀਰ ਦੇ ਅੰਦਰ ਡੇਲੀ ਜਾ ਰਿਹਾ ਹੈ ਕਿ ਕੈਮੀਕਲ ਉਹ ਡਰਗ ਹੈ ਜੀ ਉਹ ਇਲਾਜ ਥੋੜੀ ਹੈ ਫਿਰ ਜਿਹੜੇ ਰੋਜ਼ ਜਿਹੜੇ ਰੋਜ਼ ਲੋਕ ਤਜਾਬ ਦੇ ਕੈਪਸੂਲ ਖਾਂਦੇ ਨੇ ਜੀ ਫਿਰ ਉਹ ਕੀ ਉਹ ਕੀ ਚੀਜ਼ ਹੈ ਜੀ ਸਰ ਤੁਸੀਂ ਇਹ ਦੇਖੋ ਉਹਨਾਂ ਨੂੰ ਆਪਣੇ ਸਰੀਰ ਨਾਲ ਕੋਈ ਮਤਲਬ ਨਹੀਂ ਜੋ ਸਾਡੇ ਦਿਮਾਗ ਦੇ ਵਿੱਚ ਇੱਕ ਡਾਕਟਰ ਨੇ ਤੂੜੀ ਭਰਤੀ ਕਹਿ ਲੋ ਹਨਾ ਠੀਕ ਹੈ ਉਹੀ ਆਪਾਂ ਨੇ ਮੰਨ ਕੇ ਤੁਰਿਆਉਣਾ ਕਰਨ ਨੂੰ ਆਪਾਂ ਤਾਂ ਕਦੇ ਸੋਚਿਆ ਹੀ ਨਹੀਂ ਹੈਗਾ ਵੀ ਹਾਂ ਅਸੀਂ ਇਹਨੂੰ ਇਲਾਜ ਕਦੋਂ ਕਰਾਉਣਾ ਹੈ ਇਹਦਾ ਇਹਨੂੰ ਠੀਕ ਪਰਮਾਨੈਂਟ ਕਿਵੇਂ ਕਰਨਾ ਉਹ ਤਾਂ ਅਸੀਂ ਸੋਚੇ ਨਹੀਂ ਰਹੇ ਅਸੀਂ ਇਹ ਸੋਚ ਰਹੇ ਹਾਂ ਵੀ ਹਾਂ ਸਵੇਰੇ ਉੱਠ ਕੇ ਅਸੀਂ ਸਹਾਰਾ ਲੱਭਣਾ ਵੀ ਦਰਦ ਦੀ ਗੋਲੀ ਦਾ ਸਾਰਾ ਮਿਲ ਜਵੇ ਜਾਂ ਗੈਸ ਦੇ ਕੈਪਸੂਲ ਦਾ ਸਾਰਾ ਮਿਲ ਜਵੇ ਰਾਤ ਨੂੰ ਸੌਣ ਲੱਗੇ ਸਾਨੂੰ ਨੀਂਦ ਦੀ ਗੋਲੀ ਦਾ ਸਾਰਾ ਮਿਲ ਜਵੇ ਉਹ ਅਸੀਂ ਜ਼ਿੰਦਗੀ ਥੋੜੀ ਜੀ ਰਹੇ ਹਾਂ ਉਹ ਤਾਂ ਇੱਕ ਨਰਕ ਅਸੀਂ ਭੋਗ ਰਹੇ ਹਾਂ ਹੰਡਾ ਰਹੇ ਹਾਂ ਪਰ ਹੁਣ ਤਾਂ ਅਸੀਂ ਔਰਤਾਂ ਦੀ ਗੱਲ ਕਰਦੇ ਹਾਂ ਔਰ ਤਾਂ ਇਹ ਨਾਲ ਨਾਲ ਹੁਣ ਤਾਂ ਜੀ ਥਾਇਰੋਇਡ ਦੀ ਸਮੱਸਿਆ ਹੈਗੀ ਆ ਜਿਹੜੀ ਉਹ ਬੰਦਿਆਂ ਨੂੰ ਵੀ ਆਉਣ ਲੱਗੀ ਮੁੰਡਿਆਂ ਨੂੰ ਵੀ ਆਉਣ ਲੱਗੀ ਜੀ ਸਰ ਬੰਦਿਆਂ ਦੇ ਵਿੱਚ ਤੁਸੀਂ ਇਹ ਦੇਖੋ ਵੀ ਅੱਜ ਕਿਹੜਾ ਬੰਦਾ ਹੈ ਜਿਹੜਾ ਲੋਕ 70% ਲੋਕਾਂ ਦੇ ਘਰ ਦੇ ਵਿੱਚ ਘਰ ਦੀ ਰੋਟੀ ਬਣਨੀ ਬੰਦ ਹੋ ਗਈ ਹਰੇਕ ਬੰਦਾ ਤੁਸੀਂ ਇਹ ਕਹੋ ਆਨਲਾਈਨ ਆਰਡਰ ਕਰਕੇ ਸ਼ਾਮ ਦਾ ਖਾਣਾ ਮੰਗਾਉਂਦਾ ਘਰੇ ਮੰਗਾਉਂਦਾ ਬੀਬੀਆਂ ਵੀ ਆਪਣਾ ਸਿਰ ਬੰਨ ਕੇ ਪੈ ਜਾਂਦੀਆਂ ਨੇ ਵੀ ਸਤੋਂ ਰਾਤ ਦੀ ਰੋਟੀ ਨਹੀਂ ਬਣਨੀ ਘਰੇ ਤੁਸੀਂ ਆਪਣਾ ਖਾਣਾ ਆਰਡਰ ਕਰ ਦੋ ਤੁਸੀਂ ਹੁਣ ਦੇਖੋ ਜਿਹੜਾ ਬੰਦਾ ਘਰ ਤੁਹਾਨੂੰ ਖਾਣਾ ਖਿਲਾਉਣ ਜਾਂ ਦੇਣ ਆਉਂਦਾ ਖਾਣਾ ਦੇਣ ਉਹਦਾ ਤੁਸੀਂ ਇਹ ਦੇਖੋ ਵੀ 1.5 200 ਰੁਪਏ ਦੇ ਵਿੱਚ ਮੰਨ ਲਓ ਤੁਸੀਂ ਖਾਣਾ ਮੰਗਾ ਰਹੇ ਹੋ ਇੱਕ ਟਾਈਮ ਦੇ ਵਿੱਚ ਉਹ ਬੰਦਾ ਆਪਣਾ ਤੇਲ ਵੀ ਫੂਕਿਆ ਆ ਰਿਹਾ ਹੈ ਉਹ ਆਪਣੀ ਕਿੰਨੇ ਉਹਦੇ ਖਰਚੇ ਨੇ ਕੀ ਤੁਹਾਨੂੰ ਉਹ ਸ਼ੁੱਧ ਖਾਣਾ ਦੇ ਸਕਦਾ ਉਹ ਪਤਾ ਨਹੀਂ ਕਿੰਨੇ ਕੁ ਗੰਦੇ ਤੇਲਾਂ ਦੇ ਵਿੱਚ ਖਾਣੇ ਬਣਦੇ ਆ ਪਤਾ ਨਹੀਂ ਕਿੰਨੇ ਕੁ ਦਿਨਾਂ ਤੋਂ ਬਣਿਆ ਹੋਇਆ ਹੈ ਫਿਰ ਅਸੀਂ ਇਹੋ ਜਿਹੇ ਖਾਣੇ ਖਾ ਕੇ ਤੰਦਰੁਸਤੀਆਂ ਕਿੱਥੋਂ ਲੱਭਾਂਗੇ ਲੱਭੇ ਨਹੀਂ ਸਕਦੀ ਤੰਦਰੁਸਤੀ ਜੀ ਜੀ ਇੱਕ ਹੋਰ ਬੜੀ ਅਹਿਮ ਚੀਜ਼ ਹੈਗੀ ਹੈ ਜਦੋਂ ਅਸੀਂ ਕਿਉਂਕਿ ਮੇਰੇ ਕੋਲ ਬਹੁਤ ਜ਼ਿਆਦਾ ਮੇਲਸ ਕਾਲ ਫੋਨ ਕਾਲਸ ਆਉਂਦੀਆਂ ਨੇ ਉਹ ਕਹਿੰਦੇ ਨੇ ਸਾਨੂੰ ਡਾਕਟਰ ਥਾਇਰੋਇਡ ਕਰਕੇ ਸਾਨੂੰ ਕਹਿੰਦੇ ਵੀ ਤੁਹਾਨੂੰ ਹਾਰਮੋਨਸ ਵਾਲੀਆਂ ਗੋਲੀਆਂ ਦੇ ਰਹੇ ਆ ਉਹ ਤਾਂ ਫਿਰ ਠੀਕ ਹੁੰਦੀ ਨਹੀਂ ਯਾਰ ਉਹਨਾਂ ਦਾ ਵੀ ਨੁਕਸਾਨ ਹੈ ਸਰ ਦੇਖੋ ਜੀ ਥਾਇਰੋਇਡ ਕਰਕੇ ਮੈਂ ਤੁਹਾਨੂੰ ਕਹਿੰਦਾ ਵੀ ਥਾਇਰੋਇਡ ਦਾ ਪੀਸੀਓਡੀ ਪੀਸੀਓਸ ਨਾਲ ਕੋਈ ਸਬੰਧ ਨਹੀਂ ਨਾਨੇ ਦਾਦਕਿਆਂ ਤੱਕ ਕੋਈ ਸਬੰਧ ਨਹੀਂ ਹੈ ਠੀਕ ਹੈ ਉਹ ਖਰਾਬੀ ਤੁਹਾਡੇ ਪੇਟ ਦੀ ਹੈ ਠੀਕ ਹੈ ਜੀ ਜਦੋਂ ਤੁਹਾਡੇ ਪੇਟ ਦੇ ਵਿੱਚ ਖਰਾਬੀ ਪੈਣੀ ਆ ਤੁਹਾਨੂੰ ਪੀਸੀਓਡੀ ਲੇਡੀਓਜ਼ ਲੇਡੀਆਂ ਦੇ ਵਿੱਚ ਹੋਣੀਓ ਹੋਣੀ ਆ ਪੀਸੀਓਸ ਦੀ ਪ੍ਰੋਬਲਮ ਅੱਜ ਕੱਲ ਲੇਡੀ ਦੇ ਵਿੱਚ ਸਭ ਤੋਂ ਵੱਧ ਫਾਈਬਰੋਇਡ ਦੀ ਸਮੱਸਿਆ ਆ ਪਾਣੀ ਵਾਲੀਆਂ ਥੈਲੀਆਂ ਬਣਦੀਆਂ ਆ ਉਹਦੇ ਕਰਕੇ ਬੱਚਾ ਨਹੀਂ ਹੋ ਰਿਹਾ ਔਰਤਾਂ ਦੇ ਉਹਦਾ ਮਸਲਾ ਇਹ ਥੋੜੀ ਆ 99% ਡਾਕਟਰ ਇਹ ਕਹਿੰਦੇ ਨੇ ਵੀ ਤੁਹਾਨੂੰ ਥਾਇਰੋਇਡ ਕਰਕੇ ਬੱਚਾ ਨਹੀਂ ਹੋ ਰਿਹਾ ਮੈਂ ਕਹਿੰਦਾ ਜੀ ਮੈਂ ਸ਼ਰਤ ਲਾ ਕੇ ਕਹਿੰਦਾ ਵੀ ਥਾਇਰੋਇਡ ਦਾ ਬੱਚਾ ਨਾ ਹੋਣ ਦੇ ਨਾਲ ਕੋਈ ਸੰਬੰਧ ਨਹੀਂ ਹੈ ਸਬੰਧ ਸਬੰਧ ਇਹ ਹੈ ਵੀ ਜਿਹੜਾ ਤੁਹਾਨੂੰ ਡਾਕਟਰ ਦੀ ਡਾਕਟਰ ਥਾਇਰੋਇਡ ਦੀ ਗੋਲੀ ਖਰਾ ਰਿਹਾ ਹੈ ਨਾ ਉਹ ਤੁਹਾਡੇ ਬੱਚੇਦਾਨੀ ਚ ਦਿਨ ਪਰ ਦਿਨ ਗਰਮੀ ਪਾ ਰਹੀ ਹੈ ਦਿਨ ਪਰ ਦਿਨ ਖੁਸ਼ਕੀ ਕਰ ਰਹੀ ਹੈ ਇਸ ਕਰਕੇ ਬੱਚਾ ਨਹੀਂ ਹੋ ਰਿਹਾ ਨਾ ਕਿ ਤੁਹਾਡੇ ਥਾਇਰੋਇਡ ਹੋਣ ਨਾਲ ਕਦੇ ਵੀ YouTube ਜਾਂ Google ਖੋਲ ਕੇ ਸਟੱਡੀ ਕਰੋ ਵੀ ਸਾਨੂੰ ਥਾਇਰੋਇਡ ਹੁੰਦਾ ਕੀ ਆ ਕਿਉਂ ਹੁੰਦਾ ਸਾਨੂੰ ਥਾਇਰੋਇਡ ਲੋਕਾਂ ਦੇ ਦਿਮਾਗ ਵੱਜੇ ਹੋਏ ਪਏ ਨੇ ਲੋਕ ਇਸ ਸੀਜ਼ਨ ਨੂੰ ਤਾਂ ਸੁਣੇ ਨਹੀਂ ਰਹੇ ਮੰਨੇ ਨਹੀਂ ਰਹੇ ਵੀ ਸਾਨੂੰ ਥਾਇਰੋਇਡ ਹੁੰਦਾ ਕਿਉਂ ਆ ਇਮਿਊਨ ਸਿਸਟਮ ਦੀ ਡਿਜ਼ੀਜ਼ ਆ ਮੈਂ ਫੇਰ ਵੀ ਦੁਬਾਰਾ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਇਮਿਊਨ ਸਿਸਟਮ ਦੀ ਡਿਜ਼ੀਜ਼ ਆ ਕਦੇ ਵੀ Google ਤੇ ਜਾ ਕੇ ਸਰਚ ਕਰੋ ਵੀ ਇਮਿਊਨ ਸਿਸਟਮ ਹੁੰਦਾ ਕੀ ਆ ਜਦੋਂ ਉਹਦੇ ਵਿਗੜ ਜਾਣ ਦੇ ਨਾਲ ਸਾਨੂੰ ਥਾਇਰੋਇਡ ਹੁੰਦਾ ਨਾ ਕਿ ਥਾਇਰੋਇਡ ਹੋਣ ਦੇ ਨਾਲ ਸਾਨੂੰ ਇਹ ਸਮੱਸਿਆਵਾਂ ਵਧਦੀਆਂ ਨੇ ਪਰ ਇੱਕ ਹੋਰ ਮਸਲਾ ਅੱਜਕੱਲ ਬੜਾ ਆਇਆ ਹੋਇਆ ਹੈ ਕਿਉਂਕਿ ਅਸੀਂ ਔਰਤਾਂ ਨਾਲ ਸੰਬੰਧਿਤ ਰੋਗ ਦੀ ਗੱਲ ਕਰਦੇ ਆ ਪੀਸੀਓਡੀ ਦੀ ਜਿਹੜੀ ਕਈ ਵਾਰ ਸਮੱਸਿਆ ਜਦੋਂ ਹੁੰਦੀ ਹੈ ਤਾਂ ਡਾਕਟਰ ਕਹਿੰਦੇ ਨੇ ਜੀ ਤੁਸੀਂ ਆਪਣਾ ਯੂਟਰਸ ਹੀ ਰਿਮੂਵ ਕਰਵਾ ਦਿਓ ਯੂਟਰਸ ਰਿਮੂਵ ਕਰਵਾਉਣਾ ਠੀਕ ਹੁੰਦਾ ਜੀ ਔਰਤ ਲਈ ਯੂਟਰਸ ਅੱਜ ਤੋਂ ਤੁਸੀਂ 25 30 ਸਾਲ ਪਹਿਲਾਂ ਪਿੱਛੇ ਚੱਲੇ ਜਾਓ ਯੂਟਰਸ ਉਹਦੋਂ ਕੋਦੋਂ ਕੌਣ ਰਿਮੂਵ ਕਰਵਾਉਂਦਾ ਸੀ ਸਾਰੇ ਪੁਰਾਣੇ ਵੈਦ ਸਾਨੂੰ ਆਯੁਰਵੈਦਿਕ ਦਵਾਈਆਂ ਦੇ ਨਾਲ ਠੀਕ ਕਰਦੇ ਸੀ ਅੱਜ ਕੱਲ ਤਾਂ ਮਸਲਾ ਤਾਂ ਇਹ ਆ ਵੀ ਡਾਕਟਰਾਂ ਕੋਲ ਇਲਾਜ ਹੀ ਨਹੀਂ ਠੀਕ ਹੈ ਜੀ 99% ਡਾਕਟਰਾਂ ਦੇ ਅੰਦਰ ਬੇਈਮਾਨੀ ਹੈ ਜੇ ਤੁਹਾਡਾ ਯੂਟਰਸ ਠੀਕ ਵੀ ਹੈ ਸਾਡੇ ਕੋਲ ਇਦਾਂ ਦੇ ਵੀ ਕੇਸ ਆਏ ਨੇ ਜਿਨ੍ਹਾਂ ਦਾ ਯੂਟਰਸ ਠੀਕ ਵੀ ਹੁੰਦਾ ਹੈ ਰਸੌਲੀ ਵੀ ਨਹੀਂ ਹੁੰਦੀ আর ਡਾਕਟਰ ਫੇਰ ਵੀ ਉਹਨੂੰ ਆਪਰੇਟ ਕਰਨ ਨੂੰ ਕਹਿ ਦਿੰਦੇ ਨੇ ਗੱਲ ਮਸਲਾ ਤਾਂ ਕੀ ਆ ਡਾਕਟਰਾਂ ਦਾ ਆ ਕੇ ਪੈਸੇ ਤੇ ਡੱਗਿਆ ਵੀ ਪੈਸੇ ਬਣਾਓ ਵੀ ਕਿਸ ਢੰਗ ਨਾਲ ਬਣਾਏ ਜਾ ਸਕਦੇ ਆ ਮਰੀਜ਼ ਤੋਂ ਮਰੀਜ਼ ਨੂੰ ਮਰੀਜ਼ ਨਹੀਂ ਸਮਝਿਆ ਜਾਂਦਾ ਉਹਨੂੰ ਗਾਹਕ ਸਮਝਿਆ ਜਾਂਦਾ ਡਾਕਟਰ ਅੱਗੇ ਕਹਿੰਦੇ ਸੀਗੇ ਵੀ ਹਾਂ ਵੀ ਡਾਕਟਰ ਰੱਬ ਦਾ ਰੂਪ ਹੈ ਹੈਨਾ ਅੱਜ ਦੇ ਟਾਈਮ ਦੇ ਵਿੱਚ ਡਾਕਟਰ ਰੱਬ ਦਾ ਰੂਪ ਨਹੀਂ ਹੈਗਾ ਜੀ ਠੀਕ ਹੈ ਉਹ ਕਹਿੰਦੇ ਵੀ ਗੱਲ ਐ ਕਿ ਵੀ ਬਚ ਕੇ ਚੱਲ ਦੋਸਤ ਲੂਟਣੇ ਦਾ ਦੌਰ ਚੱਲ ਰਿਹਾ ਹੈ ਕਹਿੰਦਾ ਦੂਸਰਾ ਪ੍ਰਭੂ ਕਾ ਹਿਲਾਣੇ ਵਾਲੇ ਲੋਕੋ ਕੇ ਅੰਦਰ ਆਜ ਕੱਲ ਕੁਛ ਔਰ ਚੱਲ ਰਿਹਾ ਹੈ ਇਹ ਮੇਰੀ ਆਪਣੀ ਵਾਰਡਿੰਗ ਆ ਜੀ ਕਿਉਂਕਿ ਦੇਖੋ ਜੇ ਤੁਹਾਨੂੰ ਕੋਈ ਸਹੀ ਸਲਾਹ ਦਿੰਦਾ ਹੈ ਉਹਨੂੰ ਮੰਨ ਲੈਣਾ ਚਾਹੀਦਾ ਹੈ ਜ਼ਰੂਰੀ ਨਹੀਂ ਵੀ ਹਾਂ ਵੀ ਆਪਾਂ ਨੇ ਉਸ ਚੀਜ਼ ਨੂੰ ਆਪਣੇ ਅੰਦਰ ਫੋਲੋ ਕਰਨਾ ਉਹ ਤਾਂ ਬਾਅਦ ਦੀ ਗੱਲ ਹੈ ਪਰ ਅਸਲ ਦੇ ਵਿੱਚ ਜ਼ਿੰਦਗੀ ਨੂੰ ਜਿਉਣਾ ਸਿੱਖੋ ਵੀ ਜਿਉਣਾ ਕਿਵੇਂ ਚਾਹੀਦਾ ਜੀ ਜੀ ਤੇ ਫਿਰ ਤੁਸੀਂ ਹਮੇਸ਼ਾ ਹੀ ਕੋਈ ਨਾ ਕੋਈ ਨੁਸਖਾ ਕੋਈ ਨਾ ਕੋਈ ਟੋਟਕਾ ਹੈ ਜਿਹੜਾ ਹਰ ਬਿਮਾਰੀ ਨਾਲ ਸੰਬੰਧਿਤ ਦੰਨਿਓ ਤਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਉਹ ਦੇਖਣ ਵਾਲੇ ਜਿਨ੍ਹਾਂ ਦੀ अर्ਲियर ਸਟੇਜ ਹੈਗੀ ਹੈ ਸਟਾਰਟਿੰਗ ਵਾਲੀ ਸਟੇਜ ਹੈਗੀ ਹੈ ਉਹ ਉਸ ਚੀਜ਼ ਦਾ ਫਾਇਦਾ ਚੁੱਕ ਸਕਣ ਕਿ ਇਹਦੇ ਵਿੱਚ ਕੋਈ ਨੁਸਖਾ ਟੋਟਕਾ ਸਭ ਤੋਂ ਵੱਡਾ ਜਿਹੜਾ ਹੈਗਾ ਅਮਰਤ ਹੈ ਉਹ ਕਾਲੀਆਂ ਮਿਰਚਾਂ ਨੇ ਹੈ ਜੀ ਕਾਲੀਆਂ ਮਿਰਚਾਂ ਦੀ ਹੁਣ ਤੱਕ ਹਜ਼ਾਰਾਂ ਸਾਡੇ ਮਰੀਜ਼ ਆਪਣੀ ਕੁਰਸੀ ਤੇ ਬੈਠੇ ਆ ਹਜ਼ਾਰਾਂ ਮਰੀਜ਼ ਸਾਡੇ ਕਾਲੀਆਂ ਮਿਰਚਾਂ ਦੇ ਨਾਲ ਆਪਣਾ ਥਾਇਰੋਇਡ ਠੀਕ ਕਰ ਸੋਕੇ ਨੇ ਜਿਹੜੇ ਸਾਨੂੰ ਬਾਅਦ ਦੇ ਵਿੱਚ ਧੰਨਵਾਦ ਵੀ ਕਰਦੇ ਨੇ ਵੀ ਤੁਸੀਂ ਯਾਰ ਇੰਨੀ ਛੋਟੀ ਚੀਜ਼ ਦੇ ਨਾਲ ਥਾਇਰੋਇਡ ਠੀਕ ਕਰਤਾ ਸਾਡਾ ਮੇਰਾ ਵੀ ਇਹੀ ਸਵਾਲ ਹੈ ਵੀ ਇੰਨੀ ਇੱਕ ਛੋਟੀ ਜੀ ਚੀਜ਼ ਨਾਲ ਥਾਇਰੋਇਡ ਇੱਥੇ ਤਾਂ ਜੀ ਪੈਕੇਜ ਮਿਲਦੇ ਨੇ 4-4 5-5 ਲੱਖ ਰੁਪਏ ਦੇ ਤੁਹਾਨੂੰ ਦੱਸਦਾ ਹਾਂ ਜੀ ਇਹੀ ਤਾਂ ਗੱਲ ਮਸਲਾ ਹੈ ਨਾ ਹੁਣ ਜੇ ਮੰਨ ਲਓ ਆਪਾਂ ਕਿਸੇ ਨੂੰ ਇੰਨੀ ਛੋਟੀ ਚੀਜ਼ ਦੱਸ ਦਈਏ ਲੋਕਾਂ ਦੇ ਦਿਮਾਗ ਦੇ ਵਿੱਚ ਇਹੀ ਘੁੰਮ ਜਾਂਦਾ ਵੀ ਯ ਠੀਕ ਹੈ ਨਾ ਗਲਤ ਹੈ ਇਹ ਵੀ ਤੁਹਾਡੇ ਆਪਾਂ ਨੇ ਪੇਟ ਨੂੰ ਤੇ ਲੀਵਰ ਨੂੰ ਠੀਕ ਕਰਨਾ ਹੈ ਕਾਲੀ ਮਿਰਚ ਦੋ ਕਾਲੀਆਂ ਮਿਰਚਾਂ ਚਬਾ ਕੇ ਸਵੇਰੇ ਉਤੋਂ ਕੋਸਾ ਬਾਣੀ ਪੀ ਲਓ ਆਪਣਾ 3 ਤੋਂ 4 ਮਹੀਨੇ ਦੇ ਵਿੱਚ ਥੈਰਡ ਚੈੱਕ ਕਰਾ ਲਿਓ ਨਾਲ ਐਕਸਰਸਾਈਜ਼ ਕਰਨੀ ਆ ਪਰ ਨਾਲ ਇਹ ਨਹੀਂ ਵੀ ਬਾਹਰਲੇ ਖਾਣਾ ਦਾ ਸਵਾਦ ਦੇਖਣਾ ਉਹਨਾਂ ਤੇ ਵੀ ਕਾਬੂ ਕਰਨਾ ਪੈਣਾ ਖਟੀਆਂ ਚੀਜ਼ਾਂ ਤਲੀਆਂ ਚੀਜ਼ਾਂ ਤੇ ਕਾਬੂ ਕਰਨਾ ਪੈਣਾ ਫੇਰ ਉਹ ਚੀਜ਼ ਹੱਲ ਕਰਦੀ ਆ ਰਾਤ ਨੂੰ ਸੌਣ ਲੱਗੇ ਇੱਕ ਚੁਟਕੀ ਸੁੰਢ ਦੀ ਠੀਕ ਹੈ ਜੀ ਉਹ ਰਾਤ ਨੂੰ ਸੌਣ ਲੱਗੇ ਗੁੱਸੇ ਪਾਣੀ ਦੇ ਨਾਲ ਲੈਣੀ ਆ ਕਦੇ ਥਾਇਰੋਇਡ ਜ਼ਿੰਦਗੀ 'ਚ ਜਿਨ੍ਹਾਂ ਨੂੰ ਨਹੀਂ ਵੀ ਹੋਇਆ ਉਹ ਵੀ ਕਰਨਾ ਸ਼ੁਰੂ ਕਰ ਦਿਓ ਜਿਨ੍ਹਾਂ ਨੂੰ ਹੈਗਾ ਉਹ ਵੀ ਕਰਨਾ ਸ਼ੁਰੂ ਕਰ ਦਿਓ ਥਾਇਰੋਇਡ ਨਹੀਂ ਰਹੂਗਾ ਥਾਇਰੋਇਡ ਦਾ ਨਾਮੋ ਨਿਸ਼ਾਨ ਨਹੀਂ ਰਹੂਗਾ ਜੀ ਜੀ ਅੱਛਾ ਚਲੋ ਇਹ ਤੁਸੀਂ ਟ੍ਰੀਟਮੈਂਟ ਦੱਸਿਆ ਤੇ ਬਹੁਤ ਸਾਰੇ ਲੋਕਾਂ ਨੇ ਜਿਹੜਾ ਅਜ਼ਮਾਇਆ ਵੀ ਹੋਊਗਾ ਜੀ ਇਹ ਵਾਲਾ ਨੁਸਖਾ ਹੈ ਜਿਹੜਾ ਕਿਉਂਕਿ ਨੁਸਖੇ ਸਾਡੇ ਦਾਦੀਆਂ ਨਾਨੀਆਂ ਕੋਲ ਉਹ ਵੀ ਤੁਹਾਨੂੰ ਦੇਖ ਰਹੇ ਹੋਣਗੇ ਫਿਰ ਜਿਨ੍ਹਾਂ ਨੂੰ ਫਰਕ ਨਹੀਂ ਪੈਂਦਾ ਕਾਲੀ ਮਿਰਚ ਨਾਲ ਸੁੰਡ ਨਾਲ ਉਹ ਵੀ ਕੋਈ ਕੋਈ ਨਾ ਕੋਈ ਕਾਰਨ ਹੁੰਦਾ ਸਰ ਅਸੀਂ 3 ਤੋਂ 4 ਮਹੀਨੇ ਦਾ ਕੋਰਸ 100% ਜੜ ਤੋਂ ਖਤਮ ਹੁੰਦਾ ਜਿਹੜਾ ਥਾਇਰੋਇਡ ਹੈ ਪਰ ਬੰਦਾ ਸਾਡੀ ਮੈਡੀਸਨ ਦੇ ਨਾਲ ਪਰਹੇਜ਼ ਰੱਖਣ ਵਾਲਾ ਚਾਹੀਦਾ ਹੈ ਜਦ ਤੱਕ ਤੁਸੀਂ ਆਪਣੀ ਜੀਬ ਨੂੰ ਕਾਬੂ ਵਿੱਚ ਨਹੀਂ ਰੱਖਦੇ ਨਾ ਉਹ ਚਾਹੇ ਤੁਸੀਂ ਜੀਬ ਨੂੰ ਬੋਲਣ ਪੱਖੋਂ ਲੈ ਲਓ ਚਾਹੇ ਖਾਣ ਪੱਖੋਂ ਲੈ ਲਓ ਜਦ ਤੱਕ ਉਹ ਕਾਬੂ ਜ ਨਹੀਂ ਹੈਗੀ ਜਦ ਤੱਕ ਤੁਸੀਂ ਨਾ ਮਾਨਸਿਕ ਤੌਰ ਤੇ ਠੀਕ ਹੋ ਸਕਦੇ ਹੋ ਨਾ ਤੁਸੀਂ ਸਰੀਰਕ ਤੌਰ ਤੇ ਠੀਕ ਹੋ ਸਕਦੇ ਹੋ ਜੀ ਜੀ ਅੱਛਾ ਤੇ ਫਿਰ ਇੱਕ ਜਾਂਦੇ ਜਾਂਦੇ ਆਖਿਰ ਦੇ ਵਿੱਚ ਸਾਨੂੰ ਇਹ ਜ਼ਰੂਰ ਦੱਸ ਦਿਓ ਜਦੋਂ ਥਾਇਰੋਇਡ ਚਾਹੇ ਮੁੰਡਿਆਂ ਦੇ ਵਿੱਚ ਜਾਂ ਕੁੜੀਆਂ ਦੇ ਵਿੱਚ ਸ਼ੁਰੂ ਹੁੰਦਾ ਹੈ ਜੀ ਤੇ ਉਹ ਲੱਛਣ ਕੀ ਹੁੰਦੇ ਨੇ ਸੰਕੇਤ ਕੀ ਹੁੰਦਾ ਸਰੀਰ ਕੀ ਸੰਕੇਤ ਦੰਦੇ ਸ਼ੁਰੂ ਕਰਦਾ ਸੰਕੇਤ ਸਾਰੇ ਦੇ ਵਿੱਚ ਦੇਖੋ ਜੀ ਕਈਆਂ ਨੂੰ ਸਾਹ ਚੜਨ ਲੱਗ ਜਾਂਦਾ ਹੈ ਕਈਆਂ ਨੂੰ ਮਠਾ ਮਠਾ ਬੁਖਾਰ ਰਹਿੰਦਾ ਸਰੀਰ ਟੁੱਟਦਾ ਜਾਂ ਕਈਆਂ ਦਾ weight ਜ਼ਿਆਦਾ ਵਧਣ ਲੱਗ ਜਾਂਦਾ ਜਾਂ ਕਈਆਂ ਦਾ ਘਟਣ ਲੱਗ ਜਾਂਦਾ ਇਹਦੇ ਵਿੱਚ ਮੇਨ ਵਸ ਇਹੀ ਤਿੰਨ ਚਾਰ ਕਾਰਨ ਨੇ ਉਹਨਾਂ ਨੂੰ ਆਪਣਾ ਚੈੱਕ ਕਰਾਓ ਤੇ ਮੌਕੇ ਦੇ ਨਾਲ ਆਪਣਾ ਜਿਹੜਾ ਹੈਗਾ ਇਲਾਜ ਸ਼ੁਰੂ ਕਰੋ ਜਾਂ ਘਰੇਲੂ ਟੋਟਕਾ ਜਿਹੜਾ ਆਪਾਂ ਦੱਸਿਆ ਉਹ ਸ਼ੁਰੂ ਕਰ ਸਕਦੇ ਆ ਜੀ 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 अच्छा ਤੁਹਾਡੇ ਕੋਲ ਵੀ ਤਾਂ ਇਹ ਇਦਾਂ ਦੇ ਪੇਸ਼ੈਂਟ ਜਿਹੜੇ ਆਉਂਦੇ ਹੋਣਗੇ ਇੱਕ ਐਵਰੇਜ ਕਿੰਨਾ ਟਾਈਮ ਲੱਗ ਜਾਂਦਾ ਜੀ ਠੀਕ ਹੋਣ ਨੂੰ ਸਰ ਦੇਖੋ ਜਿਹੜਾ ਥਾਇਰੋਇਡ ਹੈ ਅਸਲ ਦੇ ਵਿੱਚ ਉਹਨੂੰ 3 ਤੋਂ 4 ਮਹੀਨੇ ਹੱਦ 5 ਮਹੀਨੇ ਲੱਗਦੇ ਆ ਜਿਨ੍ਹਾਂ ਦਾ ਬਹੁਤ ਪੁਰਾਣਾ ਹੁੰਦਾ ਹੈ ਇਹ ਤੋਂ ਵੱਧ ਥਾਇਰੋਇਡ ਨੂੰ ਥਾਇਰੋਇਡ ਦਾ ਟ੍ਰੀਟਮੈਂਟ ਕਰਾਉਣ ਦੀ ਲੋੜ ਨਹੀਂ ਥਾਇਰੋਇਡ ਦੀ ਦਵਾਈ ਖਾਣ ਦੀ ਇਸ ਤੋਂ ਵੱਧ ਲੋੜ ਨਹੀਂ ਕਿਉਂਕਿ ਆਪਾਂ ਨੇ ਉਹਦਾ ਇਮਿਊਨ ਸਿਸਟਮ ਠੀਕ ਕਰਨਾ ਹੈਗਾ ਇਮਿਊਨ ਸਿਸਟਮ ਠੀਕ ਹੋਣ ਨੂੰ 3 ਤੋਂ 5 ਮਹੀਨੇ ਜਿਆਦਾ ਤੋਂ ਜਿਆਦਾ ਲੱਗਦੇ ਨੇ ਇਹਦੇ ਨਾਲ ਬਿਲਕੁਲ ਪ੍ਰੋਪਰ ਜਿਹੜਾ ਥਾਇਰੋਇਡ ਠੀਕ ਹੋ ਜਾਂਦਾ ਜੀ ਜੀ ਅੱਛਾ ਜੀ ਡਾਕਟਰ ਸਾਹਿਬ ਤੁਹਾਨੂੰ ਮਿਲਣਾ ਹੋਵੇ ਤੁਹਾਨੂੰ ਮਿਲਣ ਦਾ ਕੀ ਢੰਗ ਹੈਗਾ ਤੁਸੀਂ ਕਿੱਥੇ ਬੈਠੇ ਦੇਖੋ ਜੀ ਜਿਹੜਾ ਸਾਡਾ ਮੇਨ ਆਫਿਸ ਹੈਗਾ ਉਹ ਉੱਚਾ ਪਿੰਡ ਸੰਘੋਲ ਹੈਗਾ ਚੰਡੀਗੜ੍ਹ ਲੁਧਿਆਣਾ ਹਾਈਵੇ ਦੇ ਉੱਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦਾ ਤੇ ਆਪਾਂ ਨੂੰ ਦਰਸ਼ਕ ਸੰਡੇ ਨੂੰ ਜਿਹੜੇ ਹੈਗੇ ਆ ਸਾਡੇ ਮਰੀਜ਼ ਉਹ ਲੁਧਿਆਣੇ ਵੀ ਮਿਲ ਸਕਦੇ ਆ ਦੁਗਰੀ ਦੇ ਵਿੱਚ ਸੰਡੇ ਨੂੰ ਜੀ ਜੀ ਪਰ ਦੁਗਰੀ ਦੇ ਵਿੱਚ ਕਿੱਥੇ ਕਿ ਜੀ ਹਰ ਸੰਡੇ ਨੂੰ ਮਿਲ ਸਕਦੇ ਆ ਫੇਸਬਾਨ ਦੇ ਓਪੋਜ਼ਿਟ ਆ ਦੁਗਰੀ ਪਿੰਡ ਦੀ ਫਿਰਮੀ ਆ ਠੀਕ ਆ ਜੀ ਉੱਥੇ ਸਾਨੂੰ ਮਿਲ ਸਕਦੇ ਆ ਤੂਰ ਮਾਰਕੀਟ ਦੇ ਵਿੱਚ ਫਸਟ ਫਲੋਰ ਦੇ ਉੱਤੇ ਆਪਾਂ ਹੁੰਨੇ ਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਬੜਾ ਚੰਗਾ ਨੁਸਖਾ ਹੈ ਜਿਹੜਾ ਤੁਸੀਂ ਦਿੱਤਾ ਹੈ ਉਮੀਦ ਕਰਦੇ ਹਾਂ ਕਿ ਬਹੁਤ ਸਾਰੇ ਨੂੰ ਜਿਹੜੀਆਂ ਕਾਲੀਆਂ ਮਿਰਚਾਂ ਰਾਸਾ ਜਨ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਇਹ ਸੰ ਵੈਦ ਜਗਰੂਪ ਸਿੰਘ ਭੰਗੂ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਜਿਨ੍ਹਾਂ ਨੇ ਅੱਜ ਬੜਾ ਨੁਸਖਾ ਦੱਸਿਆ ਹੈ ਥਾਇਰੋਇਡ ਵਾਸਤੇ ਉਹਨਾਂ ਦਾ ਕਹਿੰਦੇ ਕਿ ਕਾਲੀਆਂ ਮਿਰਚਾਂ ਦਾ ਸੇਵਨ ਹੈ ਜਿਹੜਾ ਜਿਸ ਤਰੀਕੇ ਨਾਲ ਵੈਦ ਜੀ ਨੇ ਦੱਸਿਆ ਅਗਰ ਕੋਈ ਔਰਤ ਜਾਂ ਬੰਦਾ ਉਹਨੂੰ ਲੈਣਾ ਸ਼ੁਰੂ ਕਰ ਦਿੰਦਾ ਹੈ ਜਾਂ ਜਿਹੜਾ ਥਾਇਰੋਇਡ ਦੀ ਸਮੱਸਿਆ ਹੈ ਉਹ ਬੜੀ ਛੇਤੀ ਜਿਹੜੀ ਹੱਲ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਵੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਹੈ ਵੀਡੀਓ ਦੇਖਣ ਤੋਂ ਬਾਅਦ ਪੈਦਾ ਹੁੰਦਾ ਹੈ ਤਾਂ ਤੁਸੀਂ ਵੈਦਜ ਗਰੂਪ ਸਿੰਘ ਭੰਗੂ ਹੋਰਾਂ ਨੂੰ ਵੀਰਵਾਰ ਨੂੰ ਛੱਡ ਕੇ ਉੱਚਾ ਪਿੰਡ ਸੰਘੋਲ ਮਿਲ ਸਕਦੇ ਹੋ ਐਤਵਾਰ ਨੂੰ ਜਿਹੜਾ ਇਹ ਦੁੱਗਰੀ ਫੇਸ 1 ਦੁੱਗਰੀ ਪਿੰਡ ਦੀ ਫਿਰਨੀ ਦੇ ਉੱਤੇ ਤੂਰ ਮਾਰਕੀਟ ਪੈਂਦੀ ਹੈ ਫਸਟ ਫਲੋਰ ਦੇ ਉੱਤੇ ਐਤਵਾਰ ਵਾਲੇ ਦਿਨ ਇਹ ਲੁਧਿਆਣਾ ਦੇ ਵਿੱਚ ਮਿਲਦੇ ਨੇ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੇ ਦਿਓ ਅਗਿਆ ਧੰਨਵਾਦ